फिर उबल गई, फिर उबल गई। ला तीजी बार वाली आ गई, हुण तक दुध लैके नहीं आया हैगा। ओ मम्मी मैनू चाह दोंगे? किन्ना कु टाइम लगना, ओ मैं इंस्टीट्यूट लई लेट हो रही हां। ओ दुध लैके नहीं आया हैगा देव हुण तक। ओ आ ता गया, आ लो आ फड़ो। बस कल्ला दुध ही लेके आए हो? ओ यार ऐ हो सकदा भी मैं कल्ला दुध ही लेके आवां? आ ले रस। हाय थैंक यू वीरे, थोनू पता भी मैनू चाह रस बिना स्वाद नहीं लगदी। होर दस की चाहिए? बस मेरे एक चीज चाहिए आ, इस घर च एक भाभी की लोड़ आ जिहड़ी छन 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 करके ना सारे घर च घूमती फिरे, ओ ले आओ। हाँ पुत छेती करा ला ब्याह, मैं किन्नी क देर इत्थे धौले साड़ी जाऊंगी। यार तुसी अपने धौलियां वास्ते ना कोई होर रख लो, अपने ना साड़ो। ते तू छन छन ही सुननी है ना, मैं झंझना पा लेना, दो गेट दे दिया करूंगा सवेरे शाम, सुन ली। मेरे आ थोड़ी ना कोई गल होए, ओ ब्याह एक ना एक दिन तक करवाना ही आ, हुण करा लो, कहां बुढ़े होना। ओ मैं भी अपने चाचू पूरे कर लां भाभी दे। हाँ पुत हुण मैनू भी नौ दा मुंह दिखाए दे। कर दो फिर मेरा ब्याह, होर की आ। आ सीन देखी। हाँ बीरे मन्ने आ, थोड़े ब्याह होने नूं थोड़ा टाइम होया, थोनू भाभी नाल बहुत प्यार आ, पर एक गल कहां, गुस्सा ना करियो, हुण तां भाभी दा पल्ला छाड़ दो, नाले आप काम कर लो, नाले सानू उहनां नूं वी चौंके चढ़ा लैण दो। ओ मैं कदों कहा वी इहनूं काम ना लाओ, लाओ समां की इहदा वी जी लग्गिया रहूगा, इह वी कमरे च बैठी रहिंदी आ। मेरी तां अज आखरी छुट्टी सी, पर इहो मैं कल तों कम ते जाणा, तैयारी करां मैं। भाभी ओ मैं तां थोनू इह कहना सीगा ਵੀ ਤੁਸੀਂ ਨਾ ਭਾਰੇ ਸੂਟ ਤੇ ਭਾਰੇ ਸੈੱਟ ਰੱਖ ਦੋ, ਉਹ ਆਪਾਂ ਹੁਣ ਘਰਾਂ ਦੇ ਕੰਮਾਂ 'ਚ ਲੱਗਣਾ ਨਾ, ਉਹ ਜਿਹੜੇ ਘਰਾਂ 'ਚ ਹਲਕੇ ਸੂਟ ਪਾਉਂਦੇ ਆ ਨਾ ਉਹ ਪਾਇਆ ਕਰੋ, ਕਿਉਂਕਿ ਫਿਰ ਘਰ ਦੇ ਕੰਮ ਇੰਨੇ ਭਾਰੇ ਸੂਟ ਪਾ ਕੇ ਹੋਣੇ ਨਹੀਂ ਨਾ ਹੈਗੇ। ਹਲਕੇ ਸੂਟ? ਉਹ ਮਨਪ੍ਰੀਤ ਮੇਰੇ ਕੋਲ ਤਾਂ ਸਾਰੇ ਹੀ ਭਾਰੇ ਸੂਟ ਨੇ, ਹਲਕਾ ਕੋਈ ਨਹੀਂ ਹੈਗਾ। ਆ ਜਿਹੜਾ ਮੈਂ ਇਸ ਟਾਈਮ ਵੀ ਪਾਈ ਬੈਠੀ ਹਾਂ ਇਹ ਸਾਰਿਆਂ ਤੋਂ ਹਲਕਾ। ਜੇ ਤੁਸੀਂ ਕਹਿੰਦੇ ਹੋ ਇਹ ਤੋਂ ਵੀ ਹਲਕੇ ਸੂਟ ਪਾਵਾਂ, ਫਿਰ ਤੁਸੀਂ ਐਂ ਕਰੋ ਬਾਜ਼ਾਰੋਂ ਜਾ ਕੇ ਨਾ ਆਪਣੇ ਬਦਵਾ ਲਿਓ। ਬਾਜ਼ਾਰੋਂ ਜਾ ਕੇ ਦਵਾ ਲਿਆ ਏ? ਉਹ ਭਾਬੀ ਹਜੇ ਵਿਆਹ ਨੂੰ ਦੇਣੀ ਕਿੰਨੇ ਕੁ ਹੋਏ ਨੇ, ਨਾਲੇ ਜਿਹੜੇ 11 ਸੂਟ ਅਸੀਂ ਇਧਰੋਂ ਲਾਏ ਸੀ ਉਹਨਾਂ ਚੋਂ ਕੋਈ ਸਵਾ ਲਓ। ਮਨਪ੍ਰੀਤ ਐ ਕਰ, ਇੱਕ ਵਾਰ ਜਿਹੜੇ ਸੂਟਾਂ ਤੂੰ ਗੱਲ ਕਰਦੀ ਆ ਨਾ ਤੂੰ ਲੈ ਕੇ ਆ, ਫਿਰ ਉਹਨਾਂ ਨੂੰ ਦੇਖ ਵੀ ਮੈਂ ਕਿਉਂ ਨਹੀਂ ਸਵਾਉਂਦੀ। ਉਹ ਸਾਰੇ ਸਿੰਥੈਟਿਕ ਸੂਟ ਨੇ, ਉਹ ਤਾਂ ਸਰਦੀਆਂ 'ਚ ਪਾਉਣ ਵਾਲੇ ਆ, ਮੈਂ ਗਰਮੀਆਂ 'ਚ ਕਿੱਥੋਂ ਪਾ ਲੂੰ। ਉਹ ਭਾਬੀ ਸਿੰਥੈਟਿਕ ਸੂਟ ਤਾਂ ਤੁਹਾਨੂੰ ਤਾਂ ਲਾਏ ਸੀਗੇ ਵੀ ਗਾਹਾਂ ਠੰਡ ਆ ਰਹੀ ਆ। ਚਲੋ ਕੋਈ ਗੱਲ ਨਹੀਂ, ਮੈਂ ਐਂ ਕਰਦੀ ਹਾਂ ਮੈਂ ਆਪਣੇ ਸੂਟ 2-4 ਕੱਢ ਦਿੰਦੀ ਹਾਂ, ਆਪਾਂ ਉਹਨਾਂ ਦੀ ਫਿਟਿੰਗ ਕਰਾ ਦਿੰਦੇ ਹਾਂ, ਤੁਸੀਂ ਉਹ ਪਾ ਲਿਆ ਕਰੋ। ਉਹ ਨਹੀਂ ਨਹੀਂ ਮੈਂ ਨਹੀਂ ਕੱਪੜਾ ਪਾ ਸਕਦੀ ਕਿਸੇ ਦਾ, ਉਹ ਮੈਂ ਤਾਂ ਅੱਜ ਤੱਕ ਕਦੇ ਆਪਣੀਆਂ ਭੈਣਾਂ ਦੇ ਕੱਪੜੇ ਨਹੀਂ ਪਾਏ, ਤੇਰਾ ਦਿੱਤਾ ਹੋਇਆ ਸੂਟ ਕਿਵੇਂ ਪਾ ਲਵਾਂ, ਨਾਲੇ ਮੇਰਾ ਤਾਂ ਇੱਕ ਪਿੰਡਾ ਉੱਠ ਕੱਢਦਾ। ਅੱਛਾ ਚਲੋ ਕੋਈ ਗੱਲ ਨਹੀਂ ਭਾਬੀ, ਮੈਂ ਜਾ ਕੇ ਮੰਮੀ ਨਾਲ ਸੂਟ ਬਾਰੇ ਗੱਲ ਕਰਦੀ ਹਾਂ, ਨਾਲੇ ਸਵੇਰੇ ਜਲਦੀ ਉੱਠ ਖੜਿਓ, ਤੁਹਾਨੂੰ ਚੌਂਕੇ ਚੜ੍ਹਾਉਣਾ। ਇੱਕ ਮਿੰਟ ਮਨਪ੍ਰੀਤ, ਮੇਰੇ ਤੋਂ ਸਵੇਰੇ ਜਲਦੀ ਨਹੀਂ ਉਠਾਉਣਾ, ਉਹ ਤੇਰੇ ਵੀਰੇ ਦੇ ਦੋਸਤ ਨੇ ਨਾ ਸਾਨੂੰ ਰੋਟੀ ਕੀਤੀ ਆ, ਅਸੀਂ ਤਾਂ ਚੰਡੀਗੜ੍ਹ ਜਾਣਾ, ਪਹਿਲਾਂ ਜਾਣ ਨੂੰ ਇੰਨਾ ਟਾਈਮ ਲੱਗ ਜਾਣਾ, ਫਿਰ ਉੱਥੇ ਰੋਟੀ ਨੂੰ ਟਾਈਮ ਲੱਗ ਜਾਣਾ, ਫਿਰ ਉਹ ਤੋਂ ਬਾਅਦ ਵਾਪਸ ਵੀ ਆਉਣਾ, ਅਤੇ ਮੈਂ ਕਿਹੜੇ ਵੇਲੇ ਸੌਂਗੀ ਕਿਹੜੇ ਵੇਲੇ ਉੱਠੂੰਗੀ, ਮੇਤੋਂ ਨਹੀਂ 11 ਤੋਂ ਪਹਿਲਾਂ ਉਠਾਉਣਾ। ਠੀਕ ਆ ਜੀ, ਮੈਂ ਇਹ ਗੱਲ ਵੀ ਮੰਮੀ ਨਾਲ ਕਰ ਲੈਂਦੀ ਹਾਂ। ਲੈ ਕਿਵੇਂ ਮੂੰਹ ਬਣਾਇਆ, ਕਿਹੋ ਜਿਹੀ ਨਣਦਾ। ਉਹ ਕਿਹੋ ਜਿਹੀ ਭਾਬੀ ਆ ਇਹ, ਐ ਕਹਿ ਤਾਂ ਕਹਿੰਦੀ ਮਨਪ੍ਰੀਤ, ਭਾਬੀਆਂ ਵਰਗੀ ਭਾਬੀ ਆ, ਇੰਨੀ ਤਾਂ ਸੋਹਣੀ ਆ। ਸੋਹਣੀ ਨੂੰ ਮੈਂ ਚੱਟਣਾ, ਉਹਨੂੰ ਬੋਲਣ ਦਾ ਤਾਂ ਪਤਾ ਨਹੀਂ ਹੈਗਾ, ਐ ਫਟੇ ਬਾਂਸ ਵਾਂਗੂ ਬੋਲਦੀ ਆ। ਹੌਲੀ ਬੋਲ ਲਾ, ਕਿਤੇ ਉਹਨੂੰ ਨਾ ਸੁਣ ਜਾਵੇ, ਹੋਰ ਕਿਤੇ ਤੇਰੀ ਉਹ ਬਾਂਸਰੀ ਵੱਜ ਜਾਵੇ। ਇਹ ਵਜਾਊਗੀ ਮੇਰੀ ਬਾਂਸਰੀ? ਉਹਨੂੰ ਭੋਰਾ ਬੋਲਣ ਦੀ ਅਕਲ ਨਹੀਂ ਹੈਗੀ, ਬੰਦਾ ਮਾੜਾ ਮੋਟਾ ਗੱਲਬਾਤ ਦਾ ਮਾਣ ਤਾਣ ਤਾਂ ਰੱਖ ਲੈਂਦਾ। ਵੀ ਹੁਣ ਤੇਰਾ ਕੀ ਮਾਣ ਤਾਣ ਨਹੀਂ ਕੀਤਾ, ਕੀ ਮੇਰੇ ਕੰਨ ਕੋਲ ਝੁਰਮੁਰ ਜੀ ਕਰੀ ਜਾਂਦੀ ਆ, ਨਾ ਮੈਨੂੰ ਕਿਸੇ ਗੱਲ ਦਾ ਪਤਾ ਨਾ ਕਿਸੇ ਬਾਤ ਦਾ ਪਤਾ, ਹੁਣ ਮੈਨੂੰ ਸਿੱਧਾ ਸਿੱਧਾ ਦੱਸ ਵੀ ਗੱਲ ਕੀ ਹੋਈ ਆ। ਦੱਸਾਂ ਕੀ, ਉਹ ਮਹਾਰਾਣੀ ਕਿਸੇ ਗੱਲ ਦੇ ਬਾਰੇ ਨਹੀਂ ਆਉਣ ਦਿੰਦੀ ਹੈਗੀ। ਮੈਂ ਕਿਹਾ ਚੱਲ ਤੂੰ ਮੇਰੇ ਕੱਪੜੇ ਪਾ ਲਾ, ਅੱਗੇ ਪਤਾ ਮੈਨੂੰ ਕੀ ਜਵਾਬ ਦਿੱਤਾ, ਕਹਿੰਦੀ ਮੈਂ ਕਿਸੇ ਦੇ ਕੱਪੜੇ ਨਹੀਂ ਪਾਉਂਦੀ ਹੈਗੀ। ਫਿਰ ਮੈਂ ਕਿਹਾ ਚੱਲ ਤੈਨੂੰ ਸਵੇਰੇ ਚੌਂਕੇ ਚੜ੍ਹਾਉਣਾ, ਸਾਜਰੇ ਉੱਠ ਗੜੀ, ਅੱਗੇ ਪਤਾ ਮੈਨੂੰ ਜਵਾਬ ਕੀ ਦਿੱਤਾ, ਕਹਿੰਦੀ ਮੈਂ ਤਾਂ 11 ਵਜੇ ਉੱਠੂੰਗੀ, ਨਾ ਲਿਆਂਦੀ ਕਾਹਦੇ ਵਾਸਤੇ ਆ।
ਮਨਪ੍ਰੀਤ ਨਿੱਕੀਆਂ ਮੋਟੀਆਂ ਗੱਲਾਂ ਹੋ ਹੀ ਜਾਂਦੀਆਂ ਨੇ, ਐਵੇਂ ਨਾ ਤੂੰ ਗੁੱਸਾ ਕਰ। ਗੱਲ ਨੂੰ ਵਧਾਈ ਦਾ ਨਹੀਂ ਹੁੰਦਾ, ਗੱਲ ਨੂੰ ਘਟਾਈ ਦਾ ਹੁੰਦਾ। ਮੈਂ ਤਾਂ ਗੱਲ ਘਟਾਈ ਹੋਈ ਆ, ਤਾਂ ਹੀ ਤਾਂ ਉੱਥੋਂ ਚੁੱਪ ਕਰਕੇ ਆ ਗਈ। ਜੇ ਵਧਾਉਣੀ ਹੁੰਦੀ ਤਾਂ ਉੱਥੇ ਹੀ ਵਧਾ ਲੈਂਦੀ। ਆ ਤੂੰ ਵਧੀਆ ਕੀਤਾ ਜਿਹੜਾ ਉੱਥੋਂ ਚੁੱਪ ਕਰਕੇ ਆ ਗਈ, ਆਪਾਂ ਨੇ ਗੱਲ ਵਧਾਉਣੀ ਵੀ ਨਹੀਂ ਹੈਗੀ। ਤੂੰ ਹੁਣ ਮੂਡ ਸੈੱਟ ਕਰ ਲਾ, ਸਵੇਰੇ ਆਪਾਂ ਨੌਂ ਨੂੰ ਚੌਂਕੇ ਚੜਾਉਣਾ। ਚੜਾ ਲਓ ਜਿਹੜਾ ਚੜਾਉਣਾ ਚੌਂਕੇ, ਪਰ ਮੈਨੂੰ ਚੌਂਕੇ ਨੀ ਚੌਂਕੀ ਚੜਾਉਣਾ ਵੀ ਲੱਗਦੀ ਆ। ਚੀਨੀ ਪਰ ਮੇਰੇ ਕਹੇ ਨਾ, ਇੱਕ ਵਾਰ ਤੁਸੀਂ ਪਾ ਕੇ ਦੇਖੋ, ਉਂਗਲਾਂ ਚੜਦੇ ਰਹਿ ਜਾਓਗੇ, ਇੰਨਾ ਸਵਾਦ ਬਣੂਗਾ। ਨਹੀਂ ਸ਼ੱਕਰ ਹੁਣ ਲਿਆਉਣੀ ਪਊਗੀ, ਚੀਨੀ ਹੈਗੀ ਆ, ਮੈਂ ਨੀ ਸ਼ੱਕਰ ਪਾਉਣੀ ਹੈਗੀ। ਆ ਤੂੰ ਚੀਨੀ ਪਾ ਇਹਦੇ ਵਿੱਚ। ਮੰਮੀ ਤੁਸੀਂ ਕਹਿਣਾ ਨਹੀਂ ਮੰਨਣਾ ਮੇਰਾ, ਇੱਕ ਵਾਰ ਮੰਨ ਕੇ ਤਾਂ ਦੇਖੋ, ਪਾ ਕੇ ਦੇਖੋ। ਨਹੀਂ ਮੈਂ ਤੇਰਾ ਕਹਿਣਾ ਮੰਨਣਾ, ਤੂੰ ਮੇਰਾ ਕਹਿਣਾ ਮੰਨਣਾ। ਲਓ ਜੀ ਪਾ ਦਿੰਦੀ ਹੈ ਚੀਨੀ, ਹੁਣ ਪਾਣੀ ਵੀ ਪਾ ਦੇ। ਪਹਿਲੇ ਦਿਨ ਰਸੋਈ 'ਚ ਬੜੀ ਆ, ਅਤੇ ਪਹਿਲੇ ਦਿਨ ਮੈਨੂੰ ਅੱਕੜਾਂ ਦਿਖਾਉਣ ਲੱਗ ਗਈ, ਜਾਂ ਕੜਾਹ ਬਣਾਉਣ ਲੱਗੀ ਆ ਨਾ। ਮੈਨੂੰ ਕਹਿੰਦੀ ਮੰਮੀ ਜੀ ਸ਼ੱਕਰ ਪਾ ਲਓ। ਭਲਾ ਸ਼ੱਕਰ ਕੌਣ ਪਾਉਂਦਾ ਹੁੰਦਾ ਕੜਾਹ ਦੇ ਵਿੱਚ? ਅਤੇ ਮੇਰੀ ਰਸੋਈ ਦੇ ਵਿੱਚ ਜ਼ਿੰਦਗੀ ਨਿਕਲ ਗਈ, ਮੈਨੂੰ ਨਹੀਂ ਪਤਾ ਵੀ ਕਿਵੇਂ ਚੀਜ਼ ਬਣਾਈ ਦੀ ਹੁੰਦੀ ਆ। ਅਤੇ ਕੌਲੀ ਐਂ ਚੀਨੀ ਦੀ ਪਾਈ, ਐਂ ਗੁੱਸਾ ਦਿਖਾਉਂਦੀ ਸੀ ਮੈਨੂੰ ਫਰਾਟੇ ਮਾਰ ਮਾਰ ਕੇ। ਉਹ ਮੈਨੂੰ ਕੀ ਦੱਸਦੇ ਹੋ, ਮੈਂ ਤਾਂ ਤੁਹਾਨੂੰ ਕੱਲ੍ਹ ਹੀ ਕਹਿਤਾ ਸੀ ਵੀ ਚੁੱਲ੍ਹੇ ਵਾਲੀ ਨਹੀਂ ਚੌਂਕੀ ਵਾਲੀ ਆ। ਐਂ ਨਹੀਂ ਮੈਂ ਚੌਂਕੀ ਚੜ੍ਹਨ ਦਿੰਦੀ ਹੈਗੀ ਇਹਨੂੰ, ਪੈਰ ਥੱਲੇ ਰੱਖੂੰਗੀ। ਉਹ ਜਿੰਨਾ ਮੈਂ ਇਹਨੂੰ ਪਿਆਰ ਕਰਦੀ ਹਾਂ, ਇਹ ਉਨਾ ਹੀ ਸਿਰ 'ਤੇ ਚੜ੍ਹੀ ਜਾਂਦੀ ਆ। ਆ ਜਾਣ ਦੇ ਦੇਵ ਨੂੰ, ਉਹਨੂੰ ਦੱਸਦੀ ਹਾਂ ਸਾਰੀ ਗੱਲ। ਆ ਕੀਤੀ ਨਾ ਵਧੀਆ ਗੱਲ, ਕੱਲ੍ਹ ਜਦੋਂ ਮੇਰੇ ਨਾਲ ਔਖੀ ਭਾਰੀ ਹੋਈ ਸੀ, ਉਹ ਤਾਂ ਬੜਾ ਮੈਨੂੰ ਕਹਿੰਦੇ ਸੀ, ਪਰ ਤਾਂ ਗੱਲ ਨਹੀਂ ਵਧਾਈ ਦੀ ਹੈਗੀ। ਮੈਂ ਤਾਂ ਕਹਿੰਦੀ ਹਾਂ ਕਰ ਦੇ ਮੇਰੇ ਕੋਲ ਗੱਲ। ਮੈਂ ਗੱਲ ਕਰਦੀ ਹਾਂ ਅੱਜ। ਕੀ ਹੋਇਆ, ਐਂ ਬੈਠੇ ਹੋ? ਪੁੱਤ ਤੇਰੇ ਨਾਲ ਗੱਲ ਕਰਨੀ ਆ, ਤਾਂ ਬੈਠੇ ਹਾਂ ਅਸੀਂ ਇੱਥੇ। ਹਾਂ ਕਰੋ, ਕੀ ਗੱਲ ਕਰਨੀ ਆ? ਪੁੱਤ ਆਪਣੇ ਘਰ ਵਾਲੀ ਨੂੰ ਸਮਝਾ ਲਾ, ਮੇਰੇ ਮੂਹਰੇ ਉਹਨੇ ਤੂੰ ਤੜਾਕ ਨਹੀਂ ਕਰਨੀ। ਤੇ ਵੀਰੇ ਮੇਰੇ ਮੂਹਰੇ ਵੀ ਨਹੀਂ ਕਰਨੀ। ਤੂੰ ਤੜਾਕ ਕਰਦੀ ਆ, ਉਹ ਔਖਾ ਭਾਰਾ ਬੋਲਦੀ ਆ ਤੁਹਾਨੂੰ। ਔਖਾ ਭਾਰਾ ਛੱਡੋ ਵੀਰੇ, ਉਹਨੇ ਤਾਂ ਤੁਹਾਨੂੰ ਵੀ ਬਸ 'ਚ ਕਰ ਲਿਆ, ਤੁਸੀਂ ਕਿਹੜਾ ਹੁਣ ਸਾਡੀ ਗੱਲ ਸੁਣਦੇ ਹੋ? ਲੈ ਉਹ ਮੈਂ ਕਿਹੜੀ ਗੱਲ ਨਹੀਂ ਸੁਣਦਾ, ਹਰੇਕ ਕੰਮ ਤਾਂ ਮੈਂ ਤੁਹਾਡਾ ਕਰੀ ਜਾਂਦਾ, ਨਾਲੇ ਕਿਹੜਾ ਬਸ 'ਚ ਕਰ ਲਿਆ ਮੈਨੂੰ ਉਹਨੇ। ਬਸ 'ਚ ਨਾ ਕਹਾਂ ਤਾਂ ਹੋਰ ਕੀ ਕਹਾਂ, ਆ ਬਸ 'ਚ ਹੀ ਹੋ, ਆ ਲਿਫਾਫੇ 'ਚ ਦੱਸੋ ਇੱਕ ਵਾਰੀ ਕੀ ਲੈ ਕੇ ਆਏ ਹੋ। ਉਹ ਯਾਰ ਲਿਫਾਫੇ 'ਚ ਕੀ ਆ, ਉਹੀ ਜਿਹੜਾ ਕੁਛ ਅੱਗੇ ਹੁੰਦਾ, ਦੁੱਧ। ਤੇ ਮੇਰੇ ਲਈ ਵੀਰੇ ਬਸ ਕੁਛ ਵੀ ਨਹੀਂ, ਉਹ ਭੁੱਲ ਗਏ ਜਿਹੜੇ ਰਸ ਲੈ ਕੇ ਆਉਂਦੇ ਹੁੰਦੇ ਸੀ, ਮੈਗੀਆਂ ਲੈ ਕੇ ਆਉਂਦੇ ਹੁੰਦੇ ਸੀ, ਬੰਦ ਲੈ ਕੇ ਆਉਂਦੇ ਹੁੰਦੇ ਸੀ, ਉਹ ਕਿੱਥੇ ਗਏ ਹੁਣ? ਇਹਨੂੰ ਬੱਸ 'ਚ ਨਾ ਕਹਾਂ ਤਾਂ ਹੋਰ ਕੀ ਕਹਾਂ। ਹੁਣ ਇਹਨੂੰ ਆਪਾਂ ਕਿੱਥੇ ਦੇਖਦੇ ਹਾਂ, ਹੁਣ ਤਾਂ ਇਹਨੂੰ ਘਰ ਵਾਲੀ ਉਹ ਦਿੰਦੀ ਆ। ਆਹ ਕੀ ਮੰਮੀ, ਘਰ ਵਾਲੀ ਉਹ ਦੇਖਦੀ ਆ? ਉਹ ਤੁਸੀਂ ਵੀ ਕਿਹਾ ਸੀ ਨਾ ਵਿਆਹ ਕਰਾ ਲਾ, ਮੈਂ ਵਿਆਹ ਕਰਾ ਲਿਆ। ਉਹ ਹੁਣ ਜਿਹੜੀਆਂ ਮੇਰੀਆਂ ਜ਼ਿੰਮੇਵਾਰੀਆਂ ਨੇਗੀਆਂ ਉਹ ਤਾਂ ਮੈਂ ਪੂਰੀਆਂ ਕਰਨੀਆਂ ਹੀ ਨੇ। ਅਤੇ ਮਨਪ੍ਰੀਤ ਜਿਹੜੀ ਤੂੰ ਰਸ ਦੀ ਗੱਲ ਕਰਦੀ ਆ, ਕਈ ਵਾਰ ਬੰਦੇ ਦੇ ਦਿਮਾਗ 'ਚੋਂ ਨਿਕਲ ਜਾਂਦਾ, ਮੈਂ ਜਾਣ ਕੇ ਥੋੜ੍ਹੀ ਨਹੀਂ ਲੈ ਕੇ ਆਇਆ। ਆਪ ਹੀ ਕਹਿੰਦੀ ਸੀ ਤੂੰ ਵੀ ਵੀਰੇ ਭਾਬੀ ਲੈ ਆ, ਵਿਹੜੇ 'ਚ ਛਣ 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 ਦੀ ਆਵਾਜ਼ ਆਵੇ। ਕੀ ਗੱਲ, ਹੁਣ ਉਹ ਤੁਹਾਨੂੰ ਛਣ ਛਣ ਵਧੀਆ ਨਹੀਂ ਲੱਗਦੀ? ਕੀ ਹੋਇਆ, ਉੱਚੀ ਉੱਚੀ ਕਾਹਤੇ ਬੋਲ ਰਹੇ ਹੋ ਤੁਸੀਂ? ਆ ਗਏ ਤੁਸੀਂ? ਹਾਂਜੀ ਆ ਗਿਆ। ਤੁਹਾਡੀ ਮੰਮੀ ਅਤੇ ਮਨਪ੍ਰੀਤ ਨਾਲ ਕੀ ਗੱਲ ਹੋਈ ਆ? ਹੈ ਸਾਡੀ ਤਾਂ ਕੋਈ ਗੱਲ ਵੀ ਨਹੀਂ ਹੋਈ। ਨਹੀਂ ਝੂਠ ਬੋਲਦੀ ਆ ਤੂੰ, ਜਦ ਮੈਂ ਤੈਨੂੰ ਕਿਹਾ ਸੀ ਵੀ ਚੀਨੀ ਪਾ ਦੇ, ਤੂੰ ਕਹਿੰਦੀ ਸੀ ਸ਼ੱਕਰ ਪਾ ਦੇ, ਤੂੰ ਆਪਣਾ ਹੁਕਮ ਚਲਾਉਣ ਨੂੰ ਫਿਰਦੀ ਆ ਮੇਰੇ 'ਤੇ। ਨਾਲੇ ਜਦ ਮੈਂ ਕਿਹਾ ਸੀਗਾ ਵੀ ਚੱਲ ਭਾਬੀ ਕੋਈ ਗੱਲ ਨਹੀਂ ਮੇਰੇ ਕੱਪੜੇ ਫਿਟਿੰਗ ਕਰਾ ਕੇ ਪਾ ਲਓ, ਉਸੇ ਟਾਈਮ ਫੜਾ ਕਦੇ ਨੇ ਜਵਾਬ ਦਿੱਤਾ ਭਾਈ ਮੈਂ ਕਿਸੇ ਦੇ ਕੱਪੜੇ ਪਾਉਂਦੀ ਨਹੀਂ। ਉਹ ਕੀ ਸੀਗਾ? ਮੰਮੀ ਇਹਦੇ ਵਿੱਚ ਮੈਂ ਕੀ ਗਲਤ ਕਹਿਤਾ? ਉਹ ਜਦ ਚੀਨੀ ਨਹੀਂ ਹੁੰਦੀ ਸੀ ਤਾਂ ਕੀ ਵਰਤਦੇ ਹੁੰਦੇ ਸੀ? ਸ਼ੱਕਰ ਹੀ ਨਾ, ਫਿਰ ਮੈਂ ਇਹੀ ਗੱਲ ਕਹੀ ਵੀ ਸਾਡੇ ਸ਼ੱਕਰ ਵਰਤਦੇ ਆ। ਨਾਲੇ ਮਨਪ੍ਰੀਤ ਹਰ ਇੱਕ ਦੀ ਸਕਿੰਨ ਇੱਕੋ ਜਿਹੀ ਨਹੀਂ ਹੁੰਦੀ, ਤੂੰ ਮੇਰੀ ਮਜਬੂਰੀ ਕਿਉਂ ਨਹੀਂ ਸਮਝਦੀ? ਉਹ ਮੈਂ ਕਦੇ ਕਿਸੇ ਦਾ ਕੱਪੜਾ ਨਹੀਂ ਪਾਇਆ, ਤੂੰ ਸਮਝਣ ਦੀ ਬਜਾਏ ਮੰਮੀ ਨੂੰ ਹੀ ਮੇਰੇ ਖਿਲਾਫ਼ ਚੱਕੀ ਜਾਂਦੀ ਆ। ਤੂੰ ਤਾਂ ਬੜਾ ਕਹਿੰਦੀ ਸੀਗੀ ਮੈਂ ਭਾਬੀ ਦੇ ਚਾ ਲਾੜ ਲਾਊਂਗੀ, ਮੇਰੀ ਵੀ ਕੋਈ ਭਾਬੀ ਹੋਵੇ। ਆਹ ਸਾਹਮਣੇ ਖੜੀ ਆ, ਆਹ ਦੇਖਦਾ ਪਿਆ ਜਿਹੜੇ ਚਾ ਲਾੜ ਲੈਂਦੇ ਪਏ ਨੇ ਤੁਹਾਡੇ। ਅਤੇ ਤੁਸੀਂ ਮੰਮੀ, ਤੁਸੀਂ ਕਿਹਾ ਸੀ ਨਾ ਵੀ ਮੇਰੇ ਵਾਸਤੇ ਨੂੰਹ ਲਿਆ, ਵੀ ਮੈਂ ਕਿੰਨੀ ਦੇਰ ਰਸੋਈ ਦੇ ਵਿੱਚ ਧੌਲੇ ਸਾੜੂੰਗੀ।
हुण आ गई, हुण तुहानूं इह चंगी नहीं लगती। ओ मम्मी दादी साडी देसी घिओ वरतदी सी, तुसीं आके रिफाइंड यूज करन लग गए। अपना अपना हिसाब हुंदा, हुण इह रसोई दे विच जिहड़ी चीज़ वरतदी आ उही यूज करूगी। ते तू कहनी है वीरे मेरे वास्ते तू रस लैके आने भुल गया है, मेरे वास्ते बंद नहीं लैके आया। मैनू एक गल का जवाब दे, ब्याह तो पहला मैनू रोटी पानी कौन पा के दिंदा हुंदा सी, कौन खवाउंदा सी? मैं ही खवाउंदी सी। ते हुण का ते नहीं खवाउंदी? ओ यार ये बहुत घरां दे विच प्रॉब्लम हुंदी है जी। पहला तो कही जाणगे नूं चाहीदी आ, ननद चाहीदी आ, ते जदों भी असीं उहदे चाह पूरे करने आ, आवे छन छन करे, ਵਿਹੜਾ ਭਾਂ ਭਾਂ ਕਰਦਾ, ਸੁੰਨਾ ਸੁੰਨਾ, ਪੁੱਤੇ ਨੂੰ ਭਰਦੇ, ਜਦੋਂ ਪੁੱਤ ਉਹ ਭਰ ਦਿੰਦਾ ਆ ਉਦੋਂ ਬਾਅਦ ਦੇ ਵਿੱਚ ਉਹੀ ਨੂੰਹ ਦੇ ਨਾਲ ਨਣਦ ਨੇ ਲੜਨਾ, ਉਸੇ ਨੂੰਹ ਦੇ ਨਾਲ ਸੱਸ ਨੇ ਲੜਨਾ। ਅਤੇ ਬਹੁਤ ਨੂੰਹਾਂ ਵੀ ਨੇ ਜਿਹੜੀਆਂ ਉਸੇ ਨਣਦ ਦੇ ਨਾਲ ਲੜਨ ਲੱਗ ਜਾਂਦੀਆਂ ਨੇ, ਉਸੇ ਸੱਸ ਦੇ ਨਾਲ ਲੜਨ ਲੱਗ ਜਾਂਦੀਆਂ ਨੇ, ਜਿਨ੍ਹਾਂ ਨੂੰ ਕਹਿੰਦੀਆਂ ਨੇਗੀਆਂ ਮੈਂ ਆਪਣੀ ਨਣਦ ਦੇ ਨਾਲ ਭੈਣ ਬਣ ਕੇ ਰਹੂੰਗੀ, ਮੈਂ ਆਪਣੀ ਸੱਸ ਦੇ ਨਾਲ ਧੀ ਬਣ ਕੇ ਰਹੂੰਗੀ। ਮੇਰੀ ਇੱਕੋ ਬੇਨਤੀ ਹੈ ਜੀ, ਸਿਰਫ ਇਹ ਚੀਜ਼ ਦਿਮਾਗ ਦੇ ਵਿੱਚ ਬਿਠਾ ਕੇ ਰੱਖੋ ਵੀ ਜਿਹੜੇ ਚਾਅ ਤੁਹਾਡੇ ਵਿਆਹ ਵੇਲੇ ਹੁੰਦੇ ਨੇ ਜਾਂ ਵਿਆਹ ਤੋਂ ਪਹਿਲਾਂ ਹੁੰਦੇ ਨੇ, ਕੀ ਉਹ ਵਿਆਹ ਹੋਣ ਤੋਂ ਬਾਅਦ ਚਾਅ ਖਤਮ ਹੋ ਜਾਂਦੇ ਨੇ? ਜਿਸ ਟਾਈਮ ਤੁਸੀਂ ਕੁੜੀ ਦੇਖਦੇ ਹੋ, ਜਿਸ ਟਾਈਮ ਤੁਸੀਂ ਮੁੰਡਾ ਦੇਖਦੇ ਹੋ, ਉਸ ਟਾਈਮ ਤੁਹਾਨੂੰ ਉਹਦੇ ਵਿੱਚ ਕੋਈ ਕਮੀ ਨਹੀਂ ਨਜ਼ਰ ਆਉਂਦੀ, ਅਤੇ ਉਹ ਸਾਰੀਆਂ ਹੀ ਕਮੀਆਂ ਜਿੰਨੀਆਂ ਵੀ ਨੇ ਇੱਕੋ ਦਮ ਵਿਆਹ ਤੋਂ ਬਾਅਦ ਹੀ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪਿਆਰ ਨਾਲ ਰਹੋ, ਪਰਿਵਾਰ ਨੂੰ ਇੱਕ ਰੱਖੋ, ਜੋੜੀ ਰੱਖੋ। ਆ ਲੜਾਈਆਂ ਪੜ੍ਹਾਈਆਂ ਦੇ ਵਿੱਚ ਕੁਛ ਨਹੀਂ, ਆਪਣਾ ਹੀ ਖੂਨ ਸੜਦਾ, ਸੋ ਖੂਨ ਨਾ ਸਾੜਿਆ ਕਰੋ ਆਪਣਾ। ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ, ਪੇਜ ਨੂੰ ਲਾਈਕ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਬੈੱਲ ਆਈਕੋਨ ਦਾ ਜਿਹੜਾ ਬਟਨ ਹੈ ਨਾ ਉਹਨੂੰ ਜ਼ਰੂਰ ਦੱਬ ਦਿਓ, ਉਹਦਾ ਨੋਟੀਫਿਕੇਸ਼ਨ ਔਨ ਕਰ ਦਿਓ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਆ ਜਾਵੇ ਜਦੋਂ ਵੀ ਅਸੀਂ ਵੀਡੀਓ ਪਾਈਏ। ਅਤੇ ਤੁਹਾਡੇ ਕੋਲ ਵੀ ਜੇ ਕੋਈ ਸਟੋਰੀ ਹੈਗੀ ਆ ਸਾਨੂੰ ਜ਼ਰੂਰ ਭੇਜਿਓ, ਅਸੀਂ ਉਹਦੇ 'ਤੇ ਵੀਡੀਓ ਜ਼ਰੂਰ ਬਣਾਵਾਂਗੇ। ਥੈਂਕ ਯੂ ਸੋ ਮੱਚ। ਆ ਫੜੋ ਪਹਿਲਾਂ, ਮੇਰੀ ਬਾਤ ਹੋ ਗਈ। ਸਤਿ ਸ਼੍ਰੀ ਅਕਾਲ ਜੀ।